ਬਈ ਸਾਰਿਆਂ ਨੂੰ ਤੁਹਾਡਾ ਜਾਦੂ ਡਵਾਲ ਉੱਤੇ ਬਹੁਤ ਬਹੁਤ ਸਵਾਗਤ ਹੈ। ਅਤੇ ਅੱਜ ਆਪਾਂ ਬਾਈ ਪਹੁੰਚੇ ਹੋਏ ਹਾਂ ਮਾਨਸਾ ਸੁੰਨੀ ਗਲੀ ਦੇ ਵਿੱਚ। ਅਤੇ ਆਪਾਂ ਨੂੰ ਬਾਈ ਜੀ ਕਿਤੇ ਵੀ ਪੇਟੀਜ਼ ਨਹੀਂ ਮਿਲ ਰਹੀ ਸੀ, ਮਤਲਬ ਕਿ ਨੋਰਮਲ ਪੇਟੀ ਮਿਲ ਰਹੀ ਹੈ ਪੂਰੇ ਮਾਨਸਾ ਦੇ ਵਿੱਚ। ਆਪਾਂ ਜਿਹੜੀ ਚੀਜ਼ ਪੀਜ਼ਾ ਪੇਟੀ 'ਤੇ ਜਾਂ ਚੀਜ਼ ਵਾਲੀ ਪੇਟੀ ਆਈ, ਆਪਾਂ ਨੂੰ ਇਹ ਕਿਤੇ ਵੀ ਨਹੀਂ ਮਿਲ ਰਹੀ ਸੀ। ਤੁਹਾਨੂੰ ਉਹਨੂੰ ਬਾਈ ਹੋਰਾਂ ਨੂੰ ਅੰਦਰ ਜਾ ਕੇ ਮਿਲਾਵਾਂਗੇ, ਵੀ ਤੁਹਾਨੂੰ ਦਿਖਾਵਾਂਗੇ ਬਹੁਤ ਘੈਂਟ ਜੈਨੂਅਲ ਚੀਜ਼ ਆ। ਬਾਕੀ ਬਾਈ ਕੋਲ ਪੀਜ਼ਾ ਬਰਗਰ ਸਾਰਾ ਕੁਝ ਮਿਲਦਾ, ਤੁਹਾਨੂੰ ਦੁਕਾਨ ਦਿਖਾਉਂਦੇ ਜੀ। ਬਾਈ ਦੀ ਆਹ ਦੁਕਾਨ ਹੈ, ਠੀਕ ਹੈ, ਸੁੰਨੀ ਗਲੀ ਦੇ ਵਿੱਚ ਬਾਈ ਹੋਰਾਂ ਦਾ ਐਡਰੈਸ ਹੈ। ਅਤੇ ਬਾਕੀ ਹੁਣ ਬਾਈ ਹੋਰਾਂ ਨੂੰ ਆਪਾਂ ਅੱਗੇ ਜਾ ਕੇ ਮਿਲਦੇ ਹਾਂ। ਮਾਨਸਾ ਇਹ ਸਾਡੀ ਸਰ ਕੋਰਨ ਸੈਲਡ ਪੈਟੀ ਆ ਗਈ ਜੀ, ਠੀਕ ਹੈ ਜੀ। ਇਹ ਸਾਡੀ ਚੀਜ਼ ਚਿੱਲੀ ਪੈਟੀ ਆ ਗਈ ਜੀ, ਚਿੱਲੀ ਜੀ। ਇਹ ਆ ਗਈ ਸਰ ਚੀਜ਼ ਕੋਰਨ ਪੈਟੀ, ਕੋਰਨ ਪੈਟੀ। ਇੱਕ ਇਹ ਆ ਗਈ ਸਰ ਚੀਜ਼ ਪੈਟੀ, ਚੀਜ਼ ਪੈਟੀ, ਠੀਕ ਹੈ ਜੀ। ਬਾਕੀ ਸਰ ਇਸ ਦੇ ਇਲਾਵਾ ਸਾਡੀਆਂ 10-15 ਆਈਟਮਸ ਹੋ ਰਹੀਆਂ ਜੀ, ਠੀਕ ਹੈ ਜੀ। ਇਸ ਦੀ ਵੈਰਾਈਟੀ ਮਿਲ ਜੇਗੀ, ਠੀਕ ਹੈ ਜੀ, ਤੁਸੀਂ ਟਰਾਈ ਕਰ ਸਕਦੇ ਹੋ। ਤੇ ਬਾਈ ਜੀ ਅਸੀਂ ਬੋਧੀ ਕੱਲੀਆਂ ਪੇਟੀਜ਼ ਹੀ ਮਿਲਦੀਆਂ ਕਿ ਆਪਣੇ ਕੋਲ ਪੀਜ਼ਾ ਬਰਗਰ ਵਗੈਰਾ ਸਭ ਕੁਝ? ਸਰ ਸਾਡੇ ਕੋਲੇ ਪੀਜ਼ਾ ਪੈਟੀ, ਬਰਗਰ, ਸੈਂਡਵਿਚ, ਹਾਂਜੀ ਹਾਂਜੀ, ਰੈਪ, ਠੀਕ ਹੈ ਜੀ, ਕੋਨ ਚਾਟ ਵਗੈਰਾ ਸਰ, ਕੁੱਲੜ ਪੀਜ਼ਾ ਵਗੈਰਾ, ਠੀਕ ਹੈ ਜੀ, ਸ਼ੇਕਸ, ਪਾਸਤਾ, ਸਾਰੀ ਚੀਜ਼ ਅਵੇਲੇਬਲ ਮਿਲੇਗੀ। ਓਕੇ ਜੀ, ਹਾਂਜੀ। ਤੇ ਬਾਈ ਤੁਸੀਂ ਆ ਦੇਖ ਸਕਦੇ ਹੋ ਬਾਈ ਕੋਲ ਜਿਹੜੀਆਂ ਪੇਟੀਜ਼ ਹੈ ਨਾ, ਮੈਨੂੰ ਸਾਰਿਆਂ ਨਾਲੋਂ ਵਧੀਆ ਇਹ ਲੱਗੀਆਂ। ਤੁਸੀਂ ਦੇਖ ਸਕਦੇ ਹੋ ਕਿ ਆਪਾਂ ਨੂੰ ਮੈਂ ਕਿਤੇ ਵੀ ਨਹੀਂ ਖਾਧੀਆਂ, ਨਾ ਹੀ ਪੂਰੇ ਮਾਨਸਾ ਦੇ ਵਿੱਚ ਬਾਈ ਔਰ ਕੋਈ ਸ਼ੌਪ ਹੈਗੀ ਆਪਣੀ ਇੱਥੇ। ਇਹ ਚੀਜ਼ਾਂ ਸਿਰਫ ਬਾਈ ਹੋਰਾਂ ਦੇ ਆਪਣੇ ਸੁੰਨੀ ਗਲੀ ਦੇ ਵਿੱਚ ਬਾਈ ਦੀ ਸ਼ੌਪ 'ਤੇ ਹੀ ਮਿਲਣਗੀਆਂ, ਤੁਹਾਨੂੰ ਹੋਰ ਕਿਤੇ। ਬਾਈ ਆਪਣੀ ਆਪਾਂ ਦੇ ਲਈਆਂ ਅਤੇ ਆਪਣਾ ਸ਼ੌਪ ਦਾ ਨਾਮ ਕੀ ਹੈ ਆਪਣਾ? ਸਰ ਸਾਡੀ ਸ਼ੌਪ ਦਾ ਨਾਮ ਹੈ ਸ਼ੀਰੂ ਟੀ ਪੁਆਇੰਟ ਐਂਡ ਫਾਸਟ ਫੂਡ ਆਪਣੀ ਸੁੰਨੀ ਗਲੀ ਦੇ ਵਿੱਚ ਰਹਿੰਦੀ ਹੈ। ਹਾਂਜੀ, ਗਊਸ਼ਾਲਾ ਰੋਡ, ਸੁੰਨੀ ਗਲੀ ਰੋਡ, ਸੁੰਨੀ ਗਲੀ। ਬਾਈ ਜ਼ਰੂਰ ਆਇਓ ਇੱਕ ਵਾਰ, ਤੁਸੀਂ ਦੇਖ ਸਕਦੇ ਹੋ। ਮੈਨੂੰ ਤਾਂ ਬਹੁਤ ਘੈਂਟ ਘੈਂਟ ਚੀਜ਼ਾਂ ਲੱਗੀਆਂ, ਤੁਸੀਂ ਦੇਖ ਸਕਦੇ ਹੋ। ਮੈਨੂੰ ਨਹੀਂ ਲੱਗਦਾ ਕਿ ਤੁਸੀਂ ਇਹ ਚੀਜ਼ ਕਿਤੇ ਹੋਰ ਕਿਤੇ ਦੇਖੀ ਹੋਣੀ ਹੈ, ਤਾਂ ਜ਼ਰੂਰ ਆ ਬਾਈ ਹੋਰਾਂ ਦਾ ਮੈਨੂੰ ਤੁਸੀਂ ਪੜ੍ਹ ਸਕਦੇ ਹੋ ਬਾਈ, ਜਿਹੜੀਆਂ ਜਿਹੜੀਆਂ ਚੀਜ਼ਾਂ ਇੱਥੇ ਮਿਲਦੀਆਂ ਨੇ।